स्वागत है जी ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਅੱਜ ਆਪਾਂ ਸਕੂਟਰੀ ਦੀ ਡਿਟੇਲ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਤੇ ਅਸੀਂ ਇਹਨੂੰ ਚਾਰਜ ਕਰ ਲਿਆ ਸੀ ਤੇ ਇਹਦੀ ਡਿੱਗੀ ਇੱਥੋਂ ਖੁੱਲਦੀ ਆ, ਇਹਨੂੰ ਇਦਾਂ ਕਰਕੇ ਲੱਗੀ ਡਿੱਗੀ ਤੇ ਇਹਦੀ ਬੈਟਰੀ ਆ ਸੀ। ਦੇਖੋ 100% ਚਾਰਜ ਆ, ਇਹ 100% ਚਾਰਜ ਆ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਇਹ ਫੁੱਲ ਚਾਰਜ ਨਾਲ ਕਿੰਨੇ ਕਿਲੋਮੀਟਰ ਚੱਲ ਜਾਂਦੀ ਆ। ਤੇ ਹੁਣ ਫਿਲਹਾਲ 280 ਕਿਲੋਮੀਟਰ ਚੱਲੀ ਹੋਈ ਹੈਗੀ ਤੇ ਫਿਰ ਤੁਹਾਨੂੰ ਹੁਣ ਲਾਸਟ 'ਤੇ ਦਿਖਾਵਾਂਗੇ ਵੀ ਕਿੰਨੀ ਚੱਲੀ। ਅਤੇ ਇਹਦੇ ਵਿੱਚ ਆਪਣੇ ਕੋਲ ਚਾਰਜ ਵਾਲਾ ਪੁਆਇੰਟ ਵੀ ਆ, ਇਹਦੇ ਵਿੱਚ ਤੁਸੀਂ USB ਕੇਬਲ ਲਾ ਸਕਦੇ ਹੋ, ਆਪਣਾ ਫੋਨ ਵਗੈਰਾ ਜੋ ਕੁਛ ਤੁਸੀਂ ਚਾਰਜ ਕਰਨਾ ਉਹ ਕਰ ਸਕਦੇ ਹੋ। ਅਤੇ ਹੁਣ ਅਸੀਂ ਚੱਲੇ ਲੌਂਗ ਰਾਈਡ 'ਤੇ। ਆਪਾਂ ਇੱਕ ਗੇੜਾ ਲਾਇਆ ਇਹਦਾ ਅਤੇ ਇਹ ਚੱਲ ਗਈ 13 ਕਿਲੋਮੀਟਰ। ਹੁਣ ਦੇਖਦੇ ਹਾਂ ਕਿੰਨੀ ਇਹਨੇ ਬੈਟਰੀ ਖਾਧੀ ਆ। ਜਾਣੀ 28.4 ਬੈਟਰੀ ਖਾ ਗਈ ਆ, ਯਾਨੀ ਚੌਥੇ ਹਿੱਸੇ ਤੋਂ ਥੋੜ੍ਹਾ ਜਿਹਾ ਜ਼ਿਆਦਾ। ਲਓ ਵੀ ਭਰਾਵੋ, ਹੁਣ ਤੁਹਾਨੂੰ ਇਹਦੀਆਂ ਵਿਸ਼ੇਸ਼ਤਾਵਾਂ ਦੱਸਦੇ ਹਾਂ। ਜਦੋਂ ਵੀ ਤੁਸੀਂ ਨਾ ਕੋਈ ਇਲੈਕਟ੍ਰਿਕ ਸਕੂਟਰੀ ਖਰੀਦਣੀ ਹੋਵੇ, ਤਿੰਨ ਚੀਜ਼ਾਂ ਦਾ ਮੇਨ ਧਿਆਨ ਰੱਖਣਾ ਪੈਂਦਾ ਇਹਦਾ। ਇੱਕ ਤਾਂ ਹੈਗੀ ਆ ਰੇਂਜ, ਮਤਲਬ ਇਹ ਸਪੀਡ ਕਿੰਨੀ ਫੜਦੀ ਹੈ, ਇੱਕ ਸਪੀਡ, ਇੱਕ ਰੇਂਜ ਅਤੇ ਇੱਕ ਇਹਦੀ ਬੈਟਰੀ ਲਾਈਫ। ਤਿੰਨ ਚੀਜ਼ਾਂ ਹੁੰਦੀਆਂ ਨੇ। ਇੱਕ ਇਹ ਦੋ ਤਰ੍ਹਾਂ ਦੀਆਂ ਹੁੰਦੀ ਆ, ਇੱਕ ਲੋਅ ਸਪੀਡ ਹੁੰਦੀ ਹੈ, ਇੱਕ ਹਾਈ ਸਪੀਡ ਹੁੰਦੀ ਆ। ਲੋਅ ਸਪੀਡ ਲਈ ਨਾ ਜਿਹੜੀਆਂ ਲੋਅ ਸਪੀਡ ਹੁੰਦੀਆਂ ਨੇ ਉਹ ਤਕਰੀਬਨ 40-45 ਕਿਲੋਮੀਟਰ ਭੱਜਦੀਆਂ ਹੁੰਦੀਆਂ ਨੇ, ਅਤੇ ਉਹਦੇ ਲਈ ਨਾ ਲਾਇਸੈਂਸ ਦੀ ਲੋੜ ਆ, ਨਾ ਕੋਈ RC ਦੀ ਲੋੜ ਆ, ਨਾ ਹੈਲਮੈਟ ਦੀ ਲੋੜ ਆ। ਉਹ ਜਿਵੇਂ ਐਜ਼ ਏ ਸਾਈਕਲ ਹੁੰਦਾ ਨਾ, ਇੱਦਾਂ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਜਿਹੜੀਆਂ ਹਾਈ ਸਪੀਡ ਹੁੰਦੇ ਨੇ ਉਹ ਤਾਂ ਆਮ ਜਿਵੇਂ ਮੋਟਰਸਾਈਕਲ ਆਪਾਂ ਖਰੀਦਦੇ ਹਾਂ ਉੱਦਾਂ ਹੀ ਉਹਨਾਂ ਦਾ ਸਾਰਾ ਪ੍ਰੋਸੀਜਰ ਹੁੰਦਾ। ਲੋਅ ਸਪੀਡ ਦੀ ਮੈਕਸੀਮਮ ਸਪੀਡ 45 ਹੁੰਦੀ ਆ, 40-45 ਬਸ। ਅਤੇ ਬੈਟਰੀ ਲਾਈਫ ਡਿਫਰ ਕਰਦੀ ਆ ਵੀ ਤੁਸੀਂ ਕਿਹੋ ਜਿਹੀ ਬੈਟਰੀ ਲੈਂਦੇ ਹੋ, ਹੈ ਨਾ। ਬੈਟਰੀ ਦੋ ਤਰ੍ਹਾਂ ਦੀ ਆਉਂਦੀ ਹੈ, ਇੱਕ ਲੈਡ ਐਸਿਡ ਅਤੇ ਇੱਕ ਲਿਥੀਅਮ ਆਇਨ। ਇੱਕ ਹੁਣ ਤੀਜੀ ਤਰ੍ਹਾਂ ਦੀ ਆਉਂਦੀ ਆ LFP, ਇਹ ਹੈਗੀ ਆ ਜਿਵੇਂ ਓਕਾਇਆ ਦੀ ਆਉਂਦੀ ਆ। ਇਹ ਜਿਹੜੀ ਇਹ ਆਪਣੀ ਆ, ਇਹ LFP ਬੈਟਰੀ ਆ। ਇਹਦੀ ਲਾਈਫ ਬਹੁਤ ਜ਼ਿਆਦਾ, ਇਹਦੀ 6 ਸਾਲ ਦੀ ਲਾਈਫ ਆ ਬਸ। ਕੰਪਨੀ ਨੇ ਵੈਸੇ ਇਹਦੀ 3 ਸਾਲ ਦੀ ਗਰੰਟੀ ਦਿੱਤੀ ਆਪਾਂ ਨੂੰ, ਅਤੇ 3 ਸਾਲ ਦੀ ਹਰ ਇੱਕ ਚੀਜ਼ ਦੀ ਗਰੰਟੀ ਆ। ਇਹਦੀ ਮੋਟਰ ਦੀ ਗਰੰਟੀ ਆ, ਇਹਦੀ ਕਨੈਕਟਰ ਦੀ ਗਰੰਟੀ ਆ, ਬੈਟਰੀ ਦੀ ਗਰੰਟੀ ਆ, ਬੈਟਰੀ ਦੇ ਚਾਰਜਰ ਦੀ ਗਰੰਟੀ ਆ। ਇੱਕ ਧਿਆਨ ਦੇਣ ਵਾਲੀ ਗੱਲ ਇਹ ਹੁੰਦੀ ਆ, ਇੱਕ ਜਿਹੜੀ ਪਹਿਲਾਂ ਜਿਵੇਂ ਆਉਂਦੀਆਂ ਤਾਂ ਕਈ ਸਾਲ ਤੋਂ ਨੇ ਇਹ ਸਕੂਟਰੀਆਂ, ਜਿਵੇਂ ਪਹਿਲਾਂ ਲੈੱਡ ਐਸਿਡ ਹੀ ਆਉਂਦੀ ਸੀ। ਲੈੱਡ ਐਸਿਡ ਜਿਹੜੀ ਬੈਟਰੀ ਹੁੰਦੀ ਸੀ ਉਹਦੀ ਲਾਈਫ ਨਹੀਂ ਹੁੰਦੀ ਸੀ, ਉਹਦੀ ਸਿਰਫ 1-1 ਸਾਲ ਦੀ, 1.5 ਸਾਲ ਜ਼ਿਆਦਾ ਤੋਂ ਜ਼ਿਆਦਾ ਲਾਈਫ ਚੱਲਦੀ, ਉਦੋਂ ਬਾਅਦ ਉਹ ਫੁੱਲ ਜਾਂਦੀ ਸੀਗੀ, ਤਾਂ ਕਰਕੇ ਇਹ ਚੀਜ਼ ਕਾਮਯਾਬ ਨਹੀਂ। ਹੁਣ ਜਿਹੜੀਆਂ ਲਿਥੀਅਮ ਆਇਨ ਆਈਆਂ ਨੇ, ਠੀਕ ਆ, ਉਹਦੇ ਕਰਕੇ ਹੀ ਇਹ ਕਾਮਯਾਬ ਹੋਈ ਆ। ਇਸ ਕਰਕੇ ਤੁਸੀਂ ਕਦੇ ਵੀ, ਹੁਣ ਵੈਸੇ ਲੈੱਡ ਐਸਿਡ ਆਉਂਦੀ ਉਹ ਸਸਤੀਆਂ ਮਿਲ ਜਾਂਦੀਆਂ ਨੇ, 35-40 ਹਜ਼ਾਰ ਦੀ ਵੀ ਮਿਲ ਜਾਂਦੀ ਆ, ਉਹ ਚੱਕਰ 'ਚ ਨਾ ਪਿਓ, ਕਿਉਂਕਿ ਉਹਦੀ ਕੋਈ ਲਾਈਫ ਨਹੀਂ ਹੈਗੀ। ਉਹ ਫਿਰ ਸਾਲ ਕੁ ਬਾਅਦ ਫਿਰ ਤੁਸੀਂ ਫਿਰ ਬੈਟਰੀ ਚੇਂਜ ਕਰਾਉਂਦੇ ਫਿਰੋਂਗੇ, ਉਹ 12-15 ਹਜ਼ਾਰ ਰੁਪਏ ਦਾ ਖਰਚਾ ਫਿਰ ਖੜਾ ਹੋ ਜਾਂਦਾ। ਇਸ ਕਰਕੇ ਜੇ ਲੈਣੀਆਂ ਤਾਂ ਲਿਥੀਅਮ ਆਇਨ ਹੀ ਲੈਣੀਆਂ। ਹੁਣ ਤੁਹਾਨੂੰ ਇਹਦੀਆਂ ਵਿਸ਼ੇਸ਼ਤਾਵਾਂ ਦੱਸਦਾ। ਇੱਕ ਤਾਂ ਇਹਦੇ ਨਾਲ ਤੁਸੀਂ ਚਾਰਜਿੰਗ ਪੁਆਇੰਟ ਦੇਖੋ, ਤੁਸੀਂ ਕੁਛ ਵੀ ਆਪਣਾ ਮੋਬਾਈਲ ਵਗੈਰਾ ਕੁਝ ਵੀ ਲਗਾ ਸਕਦੇ ਹੋ, ਚਾਰਜ ਪੁਆਇੰਟ ਆ। ਅਤੇ ਇੱਕ ਇਹਦੇ ਰਿਵਰਸ ਗੇਅਰ ਆ, ਤੁਸੀਂ ਇਹਨੂੰ ਬਟਨ ਨੂੰ ਦੱਬ ਕੇ ਇੱਦਾਂ ਰੇਸ ਲਾਓਗੇ ਤਾਂ ਇਹ ਬੈਕ ਜਾਊਗੀ, ਠੀਕ ਆ। ਅਤੇ ਕੰਪਨੀ ਇਹਦੇ ਬਾਰੇ ਕਹਿੰਦੀ ਆ ਵੀ ਤੁਸੀਂ ਇਹਦੇ 'ਤੇ 2 ਕੁਇੰਟਲ ਵਜ਼ਨ ਲਿਜਾ ਸਕਦੇ ਹੋ। ਤੁਸੀਂ ਇਹ ਨਾ ਸੋਚੋ ਵੀ ਇਹ ਨਾਜ਼ੁਕ ਜੀ ਆ, 2 ਕੁਇੰਟਲ ਵਜ਼ਨ ਚੱਕਦੀ ਆ। ਵੈਸੇ ਵੀ ਅਸੀਂ 2 ਜਣੇ ਬਹਿ ਕੇ ਆਏ ਹਾਂ ਤਾਂ 1.5 ਕੁਇੰਟਲ ਤਾਂ ਸਾਡਾ ਵੀ ਬਣਦਾ ਹੀ ਆ, ਅਤੇ ਤੁਸੀਂ ਆਰਾਮ ਨਾਲ 2 ਜਣੇ ਬਹਿ ਕੇ ਮੂਹਰੇ ਇੱਕ ਥੈਲਾ ਧਰ ਕੇ ਕੋਈ ਆਟੇ ਦਾ ਵਗੈਰਾ ਕੁਛ ਵੀ ਹੈ ਨਾ ਲਿਜਾ ਸਕਦੇ ਹੋ। ਇਹ 3 ਸਪੀਡਾਂ 'ਤੇ ਚੱਲਦੀ ਆ, ਜਿਵੇਂ ਆਹ ਪਹਿਲੀ ਸਪੀਡ ਆ ਇਹਦੀ, ਪਹਿਲੀ 'ਤੇ ਇਹ ਚੱਲੂਗੀ 25 ਦੀ ਮੈਕਸੀਮਮ ਸਪੀਡ ਫੜੂਗੀ, ਫਿਰ ਜੇ ਇਹਨੂੰ ਆਪਾਂ ਦੂਜਾ ਗੇਅਰ ਮੰਗੂ ਕਹਿ ਲਓ ਆਪਾਂ, ਜੇ ਦੂਜਾ ਗੇਅਰ ਪਾ ਲਈਏ ਇਹਦਾ ਫਿਰ ਇਹ 35 ਦੀ ਸਪੀਡ ਫੜੂਗੀ, ਜੇ ਆਪਾਂ ਤੀਜਾ ਫੜੀ ਪਾ ਲਈਏ ਤਾਂ ਇਹ ਜਾਊਗੀ ਮੈਕਸੀਮਮ 41 ਤੱਕ। ਜਿਵੇਂ ਪਹਿਲਾ ਗੇਅਰ ਆ, ਪਹਿਲੇ ਵਿੱਚ ਇਹਨੇ ਤਕਰੀਬਨ 55 ਕਿਲੋਮੀਟਰ ਤੱਕ ਵੀ ਚੱਲ ਜੂਗੀ, ਹੈ ਨਾ, ਕਿਉਂਕਿ ਉਹਦੀ ਲੋਅ ਸਪੀਡ ਹੁੰਦੀ ਆ ਅਤੇ ਬੈਟਰੀ ਘੱਟ ਖਾਂਦੀ ਆ। ਜੇ ਦੂਜਾ ਗੇਅਰ ਪਾਵਾਂਗੇ ਤਾਂ ਇਹ 50 ਕਿਲੋਮੀਟਰ, ਜੇ ਤੀਜਾ ਯਾਨੀ ਫੁੱਲ ਸਪੀਡ 'ਤੇ ਰੱਖਾਂਗੇ ਤਾਂ ਇਹ 40-42 ਕਿਲੋਮੀਟਰ, 45 ਕਿਲੋਮੀਟਰ ਤੱਕ। ਬਾਕੀ ਆਪਾਂ ਕੱਢ ਰਹੇ ਹਾਂ ਉਹ ਐਂਡ 'ਤੇ ਤੁਹਾਨੂੰ ਦੱਸਾਂਗੇ ਵੀ 100% ਬੈਟਰੀ ਨਾਲ ਕਿੰਨੀ ਚੱਲੂਗੀ ਇਹ। ਬਾਕੀ ਇਹਦੇ ਸੈਂਟਰ ਲੋਕਿੰਗ ਆ ਇਹ,
तो यह तुम देख सकते हो। तो सिक्योरिटी सिस्टम भी लग्या हुआ, तो इनू जे कोई टच करूगा तो हॉर्न बजन लग जाएंगे, तो फिर जे इनू कोई खिंचन की कोशिश करूगा तो ये टायर में लॉक लग जाता। तो सिक्योरिटी सिस्टम भी है भी यदि एक वधिया खासियत है। हुण सब तो वड्डी गल आपां नूं किन्ने दी पई आ, इह आपां नूं 70,500 रुपए की पई आ। तो इहदे नाल तुहानूं पता भी आर सी तो कोई बनती है नहीं, इस करके काम बस एक कार्ड जिहा दिंदे आ जिहदे ते लिखिया हुंदा भी तुहानूं भी लाइसेंस की लोड़ नहीं हैगी ते ना आर सी की लोड़ आ, ते तुहाडा कोई चलान भी नहीं कर सकता। तुसीं जिवें साइकिल चलाउंदे हो किते भी किधर नूं भी लै जाओगे, कोई चक्कर नहीं हैगा। आपां 20 किलोमीटर चलाती आ, हुण देखदे आ ने 20 किलोमीटर च किन्नी बैटरी खाधी आ। 42.5% हलो 42 जानी तकरीबन 42% जो बैटरी खाधी आ, यानी 45 किलोमीटर तो मेरे हिसाब से 45 तो 50 चलूगी, बाकी चलो अगे देखते हैं। तो हम आप गेड़े कटे आए थे असी देख लिया, तो हम आप इनू ऑन करके देखते हैं भी किन्ने किलोमीटर हो गए ने। ओहो हो 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 लॉक खोलना भुल गए, तो हम थोन सिस्टम भी पता चल गया, जे मैं कोई इन हाथ लाए तो टू टू कर लग जाते हैं। तो हम आप ऑन कर दें, तो आ देख लो तुसी पहला आप स्टार्ट की 280 किलोमीटर तो हम 321 किलोमीटर हो गए ने, लगभग 41-42 किलोमीटर हो गए ने गे। तो यदि आप बैटरी देखते हैं किन्नी करेगी, आ देखो 16 बैटरी रह गई, 16 बैटरी रह गई, तो लगभग आप 42 किलोमीटर चलाते हजे भी ये 7-8 किलोमीटर हो चल पूगी, मतलब एक पूरी फुल बैटरी तो यह 50 किलोमीटर कट दिंदी आ। तो हुण आपां तुहानूं स्कूटरी दे ओनर नाल मिलाउने आ, ते भाई आपां किन्ने क दी पै गई स्कूटरी? 70,500 दी। 70,500 हाँ। आपां किन्ना क टाइम हो गया जी लए नूं? पोचा हुण लई आ 15 क दिन हो गए। 15 क दिन हो गए हाँ। किवें लगी फिर चला के, कहे जी चली? मैं कहना बहुत वधिया, नज़ारेदार। नज़ारेदार अच्छा, ते होर आपां इहदा कुछ दसना चाहांगे वी इह किद्दां दी आ? इहदे विच इक तां मोटर है हाँ जी, ते एक हैगी पाछा होर तां कोई है नहीं। फिर किन्नी क भज लैंदी है जी इह? 40-45 किलोमीटर च। अच्छा, फिर आपां किन्नी क भजाई आ? असीं 45 किलोमीटर ते बहुत वधिया भजाई। बहुत वधिया भजाई है, किवें भजाई एक वारी दस दोगे? आ देखो छिरे देख के, किवें छिरे देख के ऐ करके भजाई है, इत्थे रखी है हाँ जी। फिर की कहना चाहोगे भी लोग लैण इस स्कूटरी नूं? वधिया यार, वधिया हां, बच्चा खातर भी बुढ़िया खातर भी बहुत वधिया है। ओके, होर कुछ दसना चाहोगे? बस होर मैं तां कहना थैंक यू। थैंक यू बहुत वधिया, ठीक है जी। ओके जी फिर, बाय बाय।